ਹਾਂਜੀ ਸਤਿ ਸ਼੍ਰੀ ਅਕਾਲ ਜੀ। ਨੈਕਸਟ ਆਪਾਂ ਕਰਨ ਜਾ ਰਹੇ ਹਾਂ ਚੈਪਟਰ ਨੰਬਰ 10 ਲੂਪ ST ਐਂਡ STR। ਠੀਕ ਹੈ, ਇਹ ਦੇਖਦੇ ਕਿਵੇਂ ਲਿਖਾਂਗੇ। ਪਹਿਲਾਂ ਆਪਾਂ ਦੇਖਦੇ ਸੀਮ ਨੋਰਮਲੀ ਜਾਂ ਈਮ ਆ, ਅੱਗੇ ਸਰਕਲ ਲੱਗਿਆ ਹੋਇਆ ਤਾਂ ਸੀਮ ਪੜਿਆ ਜਾਊਗਾ। ਜਦੋਂ ਇੱਕ ਛੋਟੀ ਚਾਪ ਲੂਪ ਲੱਗ ਗਿਆ ਤਾਂ ਪੜਿਆ ਜਾਊਗਾ ਸਟੀਮ। ਕੋਈ ਵੀ ਅੱਖਰ ਹੈਗਾ ਉਹਦਾ ਹਾਫ ਆ, ਬੈਸਟ, ਟੋਸਟ, ਨੈਸਟ, ਰੈਸਟ, ਠੀਕ ਹੈ, ਲੇਸਡ, ਇਹ ST, ST, SD, ED ਇਹਨਾਂ ਵਾਸਤੇ ਵੀ ਆਪਾਂ ਇਹ ਲੂਪ ਲਾਵਾਂਗੇ। ਪਾਸ, ਪਾਸਟ, ਪਾਸਟਿਜ, ਪਾਸਟ ਤੋਂ ਬਾਅਦ ਵੀ ਇੱਕ ਐਸਾ ਕੀਤਾ ਆਪਾਂ ਇਹ ਲਾਵਾਂਗੇ। ਰੈਸਟ, ਰੈਸਟਿਜ, ਸਰਕਲ ਆ ਗਿਆ, ਠੀਕ ਹੈ। ਉਹਦੇ ਬਾਅਦ ਰਸਟੀ ਵਾਵਲ ਆ ਗਿਆ ਤਾਂ ਪੂਰਾ ਲਿਖਿਆ ਜਾਊਗਾ। ਲੇਸ ਅਤੇ ਲੇਸਡ, ਬਸ ਕੋਈ ਵੀ ਅੱਖਰ ਹੈਗਾ ਉਹਦਾ ਹਾਫ ਆ, ਬਿਲਕੁਲ ਹਾਫ, ਅਤੇ ਪਤਲਾ ਜਿਹਾ ਲੈ ਗਿਆ ਨਹੀਂ ਤਾਂ ਚਾਪ, ਸਰਕਲ ਨਹੀਂ ਬਣਨਾ ਚਾਹੀਦਾ, ਠੀਕ ਹੈ। ਓਨੈਸਟ, ਓਨੈਸਟੀ, ਵਾਵਲ ਆ ਗਿਆ ਤਾਂ ਪੂਰਾ ਲਿਖਿਆ ਜਾਣਾ ਜੀ। ਕੋਸਟ ਅਤੇ ਕੋਸਟੀ, ਠੀਕ ਹੈ। ਨੈਕਸਟ ਇਹਦੇ ਵਿੱਚ ਪਾਸਟ, ਪਾਸਟਰ, ਹੁਣ ਇੱਥੇ ਸਾਊਂਡ ਆ ਰਹੀ ਹੈ STR ਦੀ। ਜਿੰਨਾ ਸਾਈ ਪਹਿਲਾਂ ਸੀਗਾ, ਪਹਿਲਾਂ ਹਾਫ 'ਤੇ ਆ ਰਹੇ ਸੀਗੇ, ਹੁਣ ਆਪਾਂ ਉਹਦੇ ਥਰਡ ਵਨ 'ਤੇ ਆ ਰਹੇ ਹਾਂ, ਤੀਜੇ ਹਿੱਸੇ 'ਤੇ ਆ ਰਹੇ ਹਾਂ, ਠੀਕ ਹੈ। ਪਾਸਟ ਆ ਸੈਕਿੰਡ ਹਾਫ, ਆ ਥਰਡ ਹਾਫ, ਬਿਲਕੁਲ ਉੱਪਰ ਚਲਾ ਗਿਆ ਪਾਸਟਰ, ਜਿਵੇਂ ਫਾਸਟ ਅਤੇ ਫਾਸਟ, ਪੋਸਟ ਅਤੇ ਪੋਸਟ, ਲੰਮਾ ਚਲਾ ਜਾਏਗਾ। ਮਾਸਟਰ ਪੀਸ, ਆ ਮਾਸਟਰ, ਇਹਨੂੰ ਮਾਸਟ ਲਿਖਾਂ ਪੜ੍ਹਾਂਗੇ, ਠੀਕ ਹੈ। ਮਾਸਟਰ ਪੀਸ ਤੀਜੇ ਹਿੱਸੇ 'ਚ ਲੱਗ ਗਿਆ, ਠੀਕ ਹੈ। ਬੈਸਟ, ਬੈਸਟਰ, ਬਸਟੀ, ਵਾਵਲ ਆ ਗਿਆ ਤਾਂ ਪੂਰਾ ਲਿਖਣਾ। ਪੋਸਟਰ, ਠੀਕ ਹੈ। ਲਾਸਟਰ, ਲਾਸਟਰਸ, ਠੀਕ ਹੈ। ਇਹ ਚੈਪਟਰ ਆ, ਜਿੱਥੇ STR ਹੋਇਆ ਉੱਥੇ ਤੀਜੇ ਹਿੱਸੇ 'ਚ ਚਲੇ ਜਾਣਾ, ਜਿੱਥੇ ਸਿਰਫ ST ਅਤੇ ED ਹੋਇਆ ਉੱਥੇ ਆਪਾਂ ਇਹਦੇ ਹਾਫ 'ਤੇ ਰਹਿਣਾ, ਠੀਕ ਹੈ ਜੀ। ਇਹ ਕਰੋ ਚੈਪਟਰ ਨੰਬਰ 10 ਲੂਪ ST ਐਂਡ STR ਅਤੇ ED ਵੀ ਯੂਜ਼ ਕਰਾਂਗੇ, ਜਿੱਥੇ ED ਵੀ ਹੋਇਆ ਉੱਥੇ ਵੀ ਇਹੀ ਲੱਗੂਗਾ, ਠੀਕ ਹੈ। ਵਰਡ ਆਉਣਗੇ ਆਪਣੇ ਚੈਪਟਰ ਦੇ ਵਿੱਚ ਅੱਗੇ, ਉਹ 'ਚ ED ਨਾਲ ਯੂਜ਼ ਕਰਾਂਗੇ ਉਹਨੂੰ, ਠੀਕ ਹੈ। ਫਿਲਹਾਲ ਇੰਨਾ ਹੀ ਆ, ਇਹਦੀ ਪ੍ਰੈਕਟਿਸ ਕਰੋ, 20 ਪੇਜ ਭਰੋ, ਅਤੇ ਫਿਰ ਨੈਕਸਟ ਆਪਾਂ ਐਕਸਰਸਾਈਜ਼ ਕਰਦੇ ਹਾਂ, ਠੀਕ ਹੈ। ਥੈਂਕ ਯੂ ਜੀ।